ਅਮਿਤ ਸ਼ਾਹ ਦੇ ਬਿਆਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਜਿਹੜਾ ਬਿਆਨ ਦਿੱਤਾ ਗਿਆ, ਮੈਂ ਉਹਦੇ ਬਾਰੇ ਕਰਨਾ ਚਾਹੁੰਦਾ। ਕਾਨੂੰਨ ਆ ਕਹਿੰਦਾ ਕਿ ਜੇ ਕਿਸੇ ਦਾ ਹੁਣ ਦਿੱਲੀ 'ਚ ਕਤਲੇਆਮ ਹੋਏ, 84 ਦੇ ਅੰਦਰ ਕਤਲੇਆਮ ਹੋਣਾ, ਕਾਨੂੰਨ ਕੀ ਕਹਿੰਦਾ? ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਅਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ। ਲੱਖਾਂ ਲੋਕ ਮਾਰੇ ਗਏ, ਹਾਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ। ਹਰ ਰੋਜ਼ ਇਹੋ ਜਿਹੇ ਘਟਨਾ ਹੋ ਰਹੀਆਂ, ਆਪਣੇ ਗੁਰੂ ਘਰਾਂ 'ਤੇ ਹਮਲੇ ਹੋ ਰਹੇ ਆ। ਜਿਹੜੀ ਆਹ ਗੱਲ ਕਰ ਰਹੇ ਅਸੀਂ ਕਰ ਰਹੇ ਹਾਂ, ਅਸੀਂ ਇਨਸਾਫ ਦੀ, ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ। ਜਿਨ੍ਹਾਂ ਨੇ ਉਸ ਸਮੇਂ 'ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ, ਕਿਉਂਕਿ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ, ਹਜ਼ਾਰਾਂ ਲੱਖਾਂ ਭੈਣ ਭਰਾਵਾਂ 'ਤੇ ਨੂੰ ਕਤਲ ਕੀਤਾ ਗਿਆ, ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ, ਉਹਨਾਂ 'ਚ ਇੱਕ ਇਮੋਸ਼ਨ ਜਾਗੇ। ਜਾਂ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ ਤਾਂ ਇਮੋਸ਼ਨ ਤਾਂ ਜਾਗਣੇ ਜਾਗਣੇ ਆ। ਤਾਂ ਜਦੋਂ ਇਮੋਸ਼ਨ ਜਾਗ ਗਏ ਅਤੇ ਲੋਕਾਂ ਨੇ ਕਦਮ ਚੁੱਕੇ, ਉਹ ਜਿਹੜੇ ਲੋਕ ਹੈ ਉਹ ਕਹਿ ਰਹੇ ਆ ਅਸੀਂ ਕਦਮ ਚੁੱਕੇ ਆ, ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲਈਆਂ। ਜੇ ਕੋਈ ਇੱਥੇ ਕਤਲ ਦੀ ਸਜ਼ਾ ਉਮਰ ਕੈਦ ਹੈ, ਉਮਰ ਕੈਦ ਜੋ ਆਪਣੇ ਪੰਜਾਬ 'ਚ ਹੈ 15 ਸਾਲ ਹੈ, ਇੱਥੇ ਤਾਂ 28 ਸਾਲ ਹੋ ਗਏ। ਸੋ ਆਹ ਤਾਂ ਆਪਣਾ ਇਨਸਾਫ ਦੀ ਗੱਲ ਕਰ ਰਹੇ ਹਾਂ ਅਸੀਂ, ਜੋ ਗੱਲ ਕਰ ਰਹੇ ਹਾਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ, ਇਨਸਾਫ ਦੀ ਗੱਲ ਕਰ ਰਹੇ ਹਾਂ, ਭਾਵ ਐਨ ਕੌਮ ਦੀ ਭਾਵਨਾ ਦੀ ਕੰਮ ਕਰ ਰਹੇ ਹਾਂ। ਐ ਨਹੀਂ ਹੋ ਸਕਦਾ ਕਿ ਇੰਦਰਾ ਆਪਣਾ ਰਾਜੀਵ ਗਾਂਧੀ ਦੇ ਕਾਤਲ, ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਉਹਨੂੰ ਤਾਂ ਛੱਡ ਦਿੱਤਾ ਜਾਂਦਾ ਹੈ, ਅਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ, ਜਿਨ੍ਹਾਂ ਨੇ 28 ਸਾਲ ਸਜ਼ਾ ਕੱਟ ਲਈ, ਕਾਰਡ ਕੋਠੀ ਰੱਖਿਆ ਸਜ਼ਾ, ਉਹਨਾਂ ਨੂੰ ਨਹੀਂ ਕੀਤਾ। ਸੋ ਇਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਆ ਭਾਵਨਾ ਨੂੰ ਕੌਮ ਦੀ ਸਮਝਣ, ਅਤੇ ਭਾਵਨਾ ਨੂੰ ਸਮਝ ਕੇ ਹੀ ਫੈਸਲਾ ਲਿੱਤਾ ਜਾਏ। ਫੋਰ ਐਗਜ਼ਾਮਪਲ ਮੈਂ ਦੱਸਾਂ, ਕਈ ਵਾਰ ਆਪਾਂ ਨੈਸ਼ਨਲ ਹਾਈਵੇ ਬਲੋਕ ਕਰ ਲੈਂਦੇ ਹਾਂ, ਨੈਸ਼ਨਲ ਹਾਈਵੇ ਲੋਕ ਮੋਸ਼ਨ ਆ ਜਾਂਦੇ, ਕੋਈ ਹਾਦਸਾ ਹੁੰਦਾ, ਨੈਸ਼ਨਲ ਹਾਈਵੇ ਬਲੋਕ ਕਰ ਲੈਂਦੇ ਹਾਂ। ਬਲੋਕ ਕਰਨ ਦਾ ਮਤਲਬ ਤੁਸੀਂ ਉਹਦੇ ਪਰਚਾ ਹੋਊਗਾ, ਆਪਾਂ ਪਰਚਾ ਨਹੀਂ ਦਿੰਦੇ, ਸਰਕਾਰ ਨਹੀਂ ਦਿੰਦੀ ਪਰਚਾ, ਕਿਉਂ? ਉਹ ਦੇਖਦੇ ਆ ਕਿ ਹਾਲਾਤ ਦੇਖਦੇ ਕਿ ਮੋਸ਼ਨਸ ਕਰਕੇ ਹੋਇਆ, ਇਸ ਕਰਕੇ ਉਹ ਨਹੀਂ ਦਿੰਦੇ। ਤੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੂੰ ਕਿ ਸਿੱਖ ਕੌਮ ਦੀ ਭਾਵਨਾ ਸਮਝ ਕੇ ਫੈਸਲਾ ਕਰ। ਥੱਲੇ ਕਮੇਟੀ ਬਣੀ ਹੈ, ਉਹ ਆਪਣੇ ਜੋ ਕਮੇਟੀ ਫੈਸਲਾ ਕਰਦੀ ਰਹੂਗੀ ਸਹੀ ਟਾਈਮ 'ਤੇ, ਜੋ ਉਹ ਜਿਸ ਤਰ੍ਹਾਂ ਫੈਸਲਾ ਕਰੂਗੀ ਜਾਂ ਜੋ ਆਦੇਸ਼ ਦੇਊਗੀ, ਅਸੀਂ ਉਹਦੇ ਬਹੁਤ ਚੰਗਾ।